ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਟੀਵੀ NRI ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ। ਪੇਪਰ ਲੀਕ ਮਾਮਲੇ ਵਿੱਚ ਵੱਡਾ ਐਕਸ਼ਨ, NTA ਦੇ DG ਸੁਬੋਧ ਕੁਮਾਰ ਨੂੰ ਹਟਾਇਆ, ਪ੍ਰਦੀਪ ਖਰੋਲਾ ਹੋਣਗੇ ਨਵੇਂ ਡਾਇਰੈਕਟਰ ਜਨਰਲ। ਐਕਟਰ ਰਣਦੀਪ ਭੰਗੂ ਮੌਤ ਮਾਮਲੇ ਵਿੱਚ ਅਸਲ ਕਾਰਨ ਆਇਆ ਸਾਹਮਣੇ, ਸ਼ਰਾਬ ਦੇ ਭੁਲੇਖੇ, ਪੀ ਲਈ ਸੀ ਜ਼ਹਿਰੀਲੀ ਦਵਾਈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਹੋਈ GST ਕੌਂਸਲ ਦੀ ਮੀਟਿੰਗ। GST ਕੌਂਸਲ ਦੀ ਮੀਟਿੰਗ ਵਿੱਚ ਲੋਕਾਂ ਦੇ ਫਾਇਦੇ ਲਈ ਲਏ ਗਏ ਵੱਡੇ ਫੈਸਲੇ, ਪੈਟਰੋਲ ਅਤੇ ਡੀਜ਼ਲ ਨੂੰ GST ਦੇ ਘੇਰੇ ਵਿੱਚ ਲਿਆਉਣ ਦੀ ਤਿਆਰੀ। ਦਿੜਬਾ ਵਿੱਚ ਨਸ਼ੇੜੀ ਨੇ ਬੱਕਰੀਆਂ ਭੇਡਾਂ ਦੇ ਇੱਜੜ ਉੱਤੇ ਚੜ੍ਹਾਈ ਕਾਰ, 2 ਭੇਡਾਂ ਦੀ ਮੌਤ, 1 ਭੇਡ ਹੋਈ ਜ਼ਖਮੀ, ਚਾਹ ਬਣਾ ਰਹੇ ਚਰਵਾਹੇ ਵੀ ਹੋਏ ਜ਼ਖਮੀ। ਹਰਿਮੰਦਰ ਸਾਹਿਬ ਵਿੱਚ ਯੋਗਾ ਕਰਨ ਵਾਲੀ ਲੜਕੀ ਉੱਤੇ 295 ਤਹਿਤ ਮਾਮਲਾ ਦਰਜ, SGPC ਨੇ ਲੜਕੀ ਵਿਰੁੱਧ ਕਾਰਵਾਈ ਲਈ ਪੁਲਿਸ ਕਮਿਸ਼ਨਰ ਨੂੰ ਭੇਜੀ ਸੀ ਸ਼ਿਕਾਇਤ। ਜਲੰਧਰ ਪੱਛਮੀ ਜ਼ਿਮਨੀ ਚੋਣ ਲਈ 23 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ, 10 ਜੁਲਾਈ ਨੂੰ ਹੋਵੇਗੀ ਚੋਣ, 13 ਜੁਲਾਈ ਨੂੰ ਆਉਣਗੇ ਨਤੀਜੇ। ਜੰਮੂ ਕਸ਼ਮੀਰ ਵਿੱਚ LOC ਨੇੜੇ 2 ਅੱਤਵਾਦੀਆਂ ਦਾ ਐਨਕਾਊਂਟਰ, ਹਥਿਆਰ ਅਤੇ ਗੋਲਾ ਬਰੂਦ ਵੀ ਕੀਤਾ ਗਿਆ ਬਰਾਮਦ। ਲੁਧਿਆਣਾ ਵਿੱਚ ਸ਼ਰਾਬੀ ASI ਨੇ 2 PCR ਮੁਲਾਜ਼ਮਾਂ ਨੂੰ ਕਾਰ ਥੱਲੇ ਦਰੜਿਆ, 1 ਦੀ ਮੌਤ, 2 ਦੀ ਹਾਲਤ ਗੰਭੀਰ। ਪੰਜਾਬ ਵਿੱਚ 23 ਤੋਂ 27 ਜੂਨ ਤੱਕ ਮੌਸਮ ਰਹੇਗਾ ਖੁਸ਼ਕ, 28 ਜਾਂ 29 ਜੂਨ ਨੂੰ ਮਾਨਸੂਨ ਦੇਵੇਗਾ ਦਸਤਕ। ਮੋਗਾ ਦੇ ਪਿੰਡ ਬੋਹਣਾ ਦਾ ਰਹਿਣ ਵਾਲਾ ਨੌਜਵਾਨ ਚੜਿਆ ਨਸ਼ੇ ਦੀ ਭੇਟ, 4 ਭੈਣਾਂ ਦਾ ਇਕਲੌਤਾ ਭਰਾ ਸੀ 24 ਸਾਲਾ ਵਰਿੰਦਰ ਸਿੰਘ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਦੇਸ਼ ਦੁਨੀਆਂ ਦੀਆਂ ਤਮਾਮ ਤਾਜ਼ਾ ਤਰੀਨ ਖਬਰਾਂ ਲਈ ਤੁਸੀਂ ਦੇਖਦੇ ਰਹਿਣਾ ਦਾ TV NRI।